ਜਾਂ ਜੋ ਨੇੜੇ ਲੱਗਦੇ ਇਲਾਕੇ ਦੇ ਪਿੰਡ ਨੇ ਉਹਨਾਂ ਨੂੰ ਬੁਲਾ ਕੇ ਐਜੂਕੇਸ਼ਨ ਬਾਰੇ ਵੱਧ ਤੋਂ ਵੱਧ ਜੋ ਜਾਣਕਾਰੀ ਹੈ ਉਹ ਦਿੱਤੀ ਜਾਵੇ। ਗੱਲ ਸਾਹਿਬ ਨੇ ਜਿਸ ਤਰ੍ਹਾਂ ਐਜੂਕੇਸ਼ਨ ਦੇਣ ਦਾ ਬਹੁਤ ਵਧੀਆ ਪ੍ਰਬੰਧ ਕੀਤਾ ਹੈ, ਔਰ ਮੇਰੇ ਤੋਂ ਪਹਿਲਾਂ ਮੇਰੇ ਇੱਕ ਸਾਥੀ ਬੋਲ ਕੇ ਗਏ ਸਨ ਕਿ ਅੱਜ ਸਭ ਤੋਂ ਵੱਡਾ ਜੋ ਚਿੰਤਾ ਦਾ ਵਿਸ਼ਾ ਹੈ ਉਹ ਹਰ ਮਾਂ ਬਾਪ ਲਈ ਇਹ ਹੈ ਕਿ ਉਸਦਾ ਬੱਚਾ ਘਰੋਂ ਪੜ੍ਹਨ ਦੇ ਲਈ ਜਾ ਰਿਹਾ ਹੈ ਔਰ ਕਿਤੇ ਨਸ਼ੇ ਦੀ ਦਾਤਾ ਦੇ ਵਿੱਚ ਨਾ ਫਸ ਜਾਵੇ। ਔਰ ਧਾਰਮਿਕ ਤੌਰ ਤੇ ਇਹਨਾਂ ਨੇ ਜੋ ਪ੍ਰਬੰਧ ਕੀਤਾ ਹੈ ਹਰ ਧਰਮ ਦੇ ਤੌਰ ਤੇ ਗੁਰਦੁਆਰਾ ਸਾਹਿਬ ਦਾ ਨਿਰਮਾਣ ਕੀਤਾ, ਮੰਦਰ ਬਣਵਾਇਆ ਮੁਸਲਮਾਨ ਧਰਮ ਲਈ, ਈਸਾਈ ਧਰਮ ਲਈ, ਔਰ ਗਊਸ਼ਾਲਾ ਇੱਥੇ ਬਣਾ ਕੇ ਵੱਖ ਵੱਖ ਧਰਮਾਂ ਦੇ ਨਾਲ ਜੁੜੇ ਹੋਏ ਜੋ ਬੱਚੇ ਨੇ ਹਰੇਕ ਆਪਣੇ ਧਰਮ ਦੇ ਵਿੱਚ ਜਾ ਕੇ ਜਦੋਂ ਵੀ ਸਮਾਂ ਮਿਲਦਾ ਹੈ ਉੱਥੇ ਜਾ ਕੇ ਆਪਣੇ ਜੋ ਆਪਣੇ ਮਨ ਦੀ ਭਾਵਨਾ ਹੈ ਉੱਥੇ ਪ੍ਰਗਟ ਕਰਦਾ ਹੈ। ਮੇਰੀ ਬੇਨਤੀ ਹੈ ਖਾਸ ਕਰਕੇ ਜਿੰਨੇ ਪਤਵੰਤੇ ਸੱਜਣ ਇੱਥੇ ਆਏ ਨੇ, ਸਰਪੰਚ ਨੇ ਜਾਂ ਪਤਵੰਤੇ ਸੱਜਣ ਨੇ, ਕਿ ਸਰਪੰਚਾਂ ਦੀ ਸਾਡੀ ਜ਼ਿੰਮੇਵਾਰੀ ਸਿਰਫ ਇੰਨੀ ਕੁ ਨਹੀਂ ਕਿ ਸਰਕਾਰ ਤੋਂ ਮਿਲੀ ਹੋਈ ਜੋ ਸਾਡੀ ਗ੍ਰਾਂਟ ਹੈ ਉਸ ਨਾਲ ਗਲੀਆਂ ਨਾਲੀਆਂ ਬਣਾਉਣੀਆਂ, ਉਸ ਤੋਂ ਉੱਪਰ ਸਾਡੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਅਤੇ ਸਾਡੇ ਜੋ ਪਿੰਡਾਂ ਦੇ ਬੱਚੇ ਨੇ ਉਹਨਾਂ ਨੂੰ ਅਸੀਂ ਐਜੂਕੇਸ਼ਨ ਦਿਵਾਉਣ ਦੇ ਲਈ ਸਰਪੰਚਾਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ, ਪਤਵੰਤੇ ਸੱਜਣਾਂ ਦੀ ਬਣਦੀ ਹੈ, ਸਾਡੇ ਸਾਰਿਆਂ ਦੀ ਬਣਦੀ ਹੈ। ਇਹ ਖਾਸ ਕਰਕੇ ਜੇ ਜ਼ਿਆਦਾ ਕਿ ਘੱਟੋ ਘੱਟ ਅਸੀਂ ਆਪਣੇ ਪਿੰਡਾਂ ਦੇ ਵਿੱਚ ਮੀਟਿੰਗਾਂ ਕਰਕੇ ਬੱਚਿਆਂ ਨੂੰ ਬੁਲਾ ਕੇ ਮਾਂ ਬਾਪਾਂ ਨੂੰ ਬੁਲਾ ਕੇ ਉਹਨਾਂ ਨੂੰ ਐਜੂਕੇਸ਼ਨ ਵੱਲ ਵੱਧ ਤੋਂ ਵੱਧ ਪ੍ਰੇਰਿਤ ਕਰੀਏ, ਕਿਉਂਕਿ ਅੱਜ ਹਾਲਾਤ ਐਸੇ ਨੇ ਕੋਈ ਵੀ ਜੋ ਵਿਅਕਤੀ ਹੈ ਉਹ ਐਜੂਕੇਸ਼ਨ ਤੋਂ ਬਿਨਾਂ ਤਰੱਕੀ ਨਹੀਂ ਕਰ ਸਕਦਾ। ਜਿਸ ਤਰ੍ਹਾਂ ਪਹਿਲਾਂ ਸਰਦਾਰ ਸੁਰਜਿੰਦਰ ਸਿੰਘ ਜੀ ਦੱਸ ਕੇ ਗਏ ਨੇ ਔਰ ਮੈਂ ਬੈਠਾ ਗਰਗ ਸਾਹਿਬ ਨੂੰ ਗੱਲ ਕਰ ਰਿਹਾ ਸੀ ਅਤੇ ਜੋ ਸਰਕਾਰ ਵੱਲੋਂ ਸਹੂਲਤਾਂ ਦਿੱਤੀਆਂ ਗਈਆਂ ਵੱਖ ਵੱਖ ਵਰਗਾਂ ਨੂੰ, ਜੇਕਰ ਉਹਨਾਂ ਵਰਗਾਂ ਦੇ ਵਿੱਚ ਵੀ ਕੋਈ ਵਿਅਕਤੀ ਨਹੀਂ ਆਉਂਦਾ ਤਾਂ ਅਸੀਂ ਉਸਦੀ ਮਦਦ ਕਰਨ ਦੇ ਲਈ ਤਿਆਰ ਹਾਂ। ਮੈਂ ਇਸ ਗੱਲ ਲਈ ਗਰਗ ਸਾਹਿਬ ਦਾ ਧੰਨਵਾਦ ਕਰਦਾ, ਬਹੁਤ ਵਾਰੀ ਮਿਲਣ ਦਾ ਸਮਾਂ ਮਿਲਿਆ ਹੈ। ਉਹਨਾਂ ਨੇ ਇਸ ਇੰਸਟੀਚਿਊਟ ਨੂੰ ਇੱਕ ਬਿਜ਼ਨਸ ਦੇ ਤੌਰ ਤੇ ਨਹੀਂ ਸਗੋਂ ਸੇਵਾ ਦੇ ਤੌਰ ਤੇ ਇਸ ਇਲਾਕੇ ਦੇ ਵਿੱਚ ਆ ਕੇ ਵੱਡੀ ਸੇਵਾ ਕਰ ਰਹੇ ਨੇ। ਮੇਰੀ ਬੇਨਤੀ ਹੈ ਕਿ ਆਓ ਆਪਾਂ ਸਾਰੇ ਇਸ ਗੱਲ ਵੱਲ ਵਿਸ਼ੇਸ਼ ਧਿਆਨ ਦੇਈਏ ਕਿ ਅੱਜ ਹਾਲਾਤਾਂ ਨੂੰ ਮੁੱਖ ਰੱਖ ਕੇ ਅਸੀਂ ਆਪਣੇ ਬੱਚਿਆਂ ਨੂੰ ਵਧੀਆ ਐਜੂਕੇਸ਼ਨ ਦੇਣ ਦੇ ਲਈ ਉਹਨਾਂ ਨੂੰ ਸਹੀ ਢੰਗ ਦੇ ਨਾਲ ਪ੍ਰੇਰਿਤ ਕਰੀਏ, ਆਪਣੇ ਆਪਣੇ ਪਿੰਡਾਂ ਦੇ ਵਿੱਚ ਆਪਣੇ ਪਰਿਵਾਰਾਂ ਨੂੰ, ਆਪਣੇ ਬੱਚਿਆਂ ਨੂੰ, ਸਾਰਿਆਂ ਨੂੰ ਇਸ ਗੱਲ ਵੱਲ ਧਿਆਨ ਦਵਾਈਏ ਕਿ ਵਧੀਆ ਸਿੱਖਿਆ ਲੈਣ ਦੇ ਲਈ ਉਹਨਾਂ ਨੂੰ ਕੀ ਕਰਨਾ ਚਾਹੀਦਾ। ਔਰ ਜੇ ਕਿਸੇ ਮਾਂ ਬਾਪ ਨੂੰ ਉਸ ਬਾਰੇ ਜਾਣਕਾਰੀ ਨਹੀਂ ਤਾਂ ਤੁਸੀਂ ਘੱਟੋ ਘੱਟ ਇਸ ਗੱਲ ਤੋਂ ਬਿਨਾਂ ਝਿਜਕ ਆ ਕੇ ਇੱਥੇ ਗਰਗ ਸਾਹਿਬ ਕੋਲ ਬੈਠ ਕੇ ਉਹਨਾਂ ਤੋਂ ਸਲਾਹ ਲੈ ਸਕਦੇ ਹੋ, ਉਹਨਾਂ ਦੀ ਰਾਏ ਲੈ ਸਕਦੇ ਹੋ ਕਿ ਬੱਚਾ ਮੇਰਾ ਪਲੱਸ ਟੂ ਕੀਤੀ ਹੈ, ਬੀ ਏ ਕੀਤੀ ਹੈ ਜਾਂ ਮੈਟ੍ਰਿਕ ਕਰ ਚੁੱਕਿਆ, ਇਸ ਤੋਂ ਅੱਗੇ ਉਸਨੂੰ ਕੀ ਕਰਨਾ ਚਾਹੀਦਾ। ਸੋ ਅੱਜ ਜਿੰਨੇ ਵੀ ਸੱਜਣ ਇੱਥੇ ਆਏ ਨੇ ਬਾਹਰ ਤੋਂ ਸਾਡੇ, ਮੈਂ ਆਪਣੇ ਵੱਲੋਂ ਉਹਨਾਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਵੀ ਕਰਦਾ ਔਰ ਸਾਡੇ ਇਲਾਕੇ ਦੇ ਸਾਰੇ ਸਰਪੰਚਾਂ ਵੱਲੋਂ ਵਿਸ਼ੇਸ਼ ਤੌਰ 'ਤੇ ਗਰਗ ਸਾਹਿਬ ਜੀ ਦਾ ਧੰਨਵਾਦ ਕਰਨਾ ਜਿਨ੍ਹਾਂ ਨੇ ਹਮੇਸ਼ਾ ਉਪਰਾਲਾ ਕਰਦੇ ਰਹਿੰਦੇ ਨੇ ਔਰ ਅੱਜ ਵੀ ਇਹ ਵੱਡਾ ਜੋ ਹੈ ਉਪਰਾਲਾ ਕੀਤਾ ਹੈ। ਔਰ ਮੈਂ ਇੱਕ ਆਪਣੇ ਤੌਰ 'ਤੇ ਇਸ ਤੋਂ ਬਾਅਦ ਅਸੀਂ ਬੈਠ ਕੇ ਸਾਰੇ ਇਲਾਕੇ ਦੇ ਸਰਪੰਚ, ਕਿਉਂਕਿ ਕਈ ਵਾਰੀ ਸਮਝ ਲੈਂਦੇ ਨੇ ਲੋਕ ਕਿ ਗਰਗ ਸਾਹਿਬ ਦਾ ਇੱਥੇ ਬੁਲਾਉਣਾ ਉਹਨਾਂ ਦਾ ਆਪਣਾ ਕੋਈ ਇੰਸਟੀਚਿਊਟ ਦੇ ਲਈ ਉਹਨਾਂ ਦਾ ਆਪਣਾ ਨਿੱਜੀ ਸਵਾਰਥ ਹੈ।
ਇਹ ਠੀਕ ਹੈ ਕਿ ਹਰ ਵਿਅਕਤੀ ਕੋਸ਼ਿਸ਼ ਕਰਦਾ ਹੈ ਕਿ ਉਸਨੇ ਆਪਣੇ ਕਾਰੋਬਾਰ ਦੇ ਵਿੱਚ ਤਰੱਕੀ ਕਰਨੀ ਹੈ, ਪਰ ਘੱਟੋ ਘੱਟ ਉਸਦੇ ਵਿੱਚ ਸਾਡੀ ਜੋ ਆਉਣ ਵਾਲੀ ਨਵੀਂ ਪੀੜ੍ਹੀ ਹੈ ਉਸ ਦਾ ਬਹੁਤ ਵੱਡਾ ਭਲਾ ਹੋਣ ਵਾਲਾ ਹੈ। ਅਸੀਂ ਆਪਣੇ ਤੌਰ 'ਤੇ ਸਾਰੇ ਇਕੱਠੇ ਹੋ ਕੇ ਐਜੂਕੇਸ਼ਨ ਦੇ ਲਈ ਆਪਣੇ ਬੱਚਿਆਂ ਨੂੰ ਆਪਣੇ ਆਪਣੇ ਪਿੰਡਾਂ ਦੇ ਵਿੱਚ ਇੱਕ ਵਧੀਆ ਮੁਹਿੰਮ ਚਲਾਈਏ ਕਿ ਜੋ ਬੱਚੇ ਪੜ੍ਹ ਨਹੀਂ ਸਕਦੇ, ਕਿਉਂਕਿ ਕਈ ਵਾਰ ਸਾਡੇ ਪਿੰਡਾਂ ਦੇ ਵਿੱਚ ਪਤਾ ਨਹੀਂ ਸਰਕਾਰ ਵੱਲੋਂ ਬੜੀਆਂ ਬੜੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ। ਤੁਸੀਂ ਦੇਖਣਾ, ਮੈਂ ਇੱਥੇ ਕੋਈ ਰਾਜਨੀਤੀ ਦੀ ਗੱਲ ਨਹੀਂ ਕਰ ਰਿਹਾ, ਪਰ ਮੈਂ ਧੰਨਵਾਦ ਕਰਨਾ ਚਾਹੁੰਦਾ ਇਸ ਗੱਲ ਦਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਪਿੱਛੇ ਸਾਡੀਆਂ ਧੀਆਂ ਨੂੰ ਪੜ੍ਹਾਉਣ ਦੇ ਲਈ ਬਹੁਤ ਵੱਡੇ ਉਪਰਾਲੇ ਕੀਤੇ ਨੇ, ਔਰ ਅੱਜ ਜੋ ਬੱਚੇ ਚੰਗੀ ਐਜੂਕੇਸ਼ਨ ਲੈ ਕੇ ਵਧੀਆ ਨੰਬਰ ਲੈ ਰਹੇ ਨੇ, ਉਹਨਾਂ ਸਾਰਿਆਂ ਦੀ ਪੜ੍ਹਾਈ ਦਾ ਵਧੀਆ ਪ੍ਰਬੰਧ ਜੋ ਹੈ ਉਹ ਕੀਤਾ ਗਿਆ। ਦੂਸਰਾ, ਅੱਜ ਜੇ ਨੌਕਰੀਆਂ ਦੀ ਗੱਲ ਕਰੀਏ, ਕੋਈ ਸਮਾਂ ਸੀ ਜਦੋਂ ਨੌਕਰੀਆਂ ਲੈਣ ਦੇ ਲਈ ਬੜੀਆਂ ਵੱਡੀਆਂ ਵੱਡੀਆਂ ਸਿਫਾਰਿਸ਼ਾਂ ਜਾਂ ਲੋਕਾਂ ਨੂੰ ਪੈਸੇ ਖਰਚਣੇ ਪੈਂਦੇ ਸਨ। ਬਹੁਤ ਸਾਰੀਆਂ ਐਸੀਆਂ ਉਦਾਹਰਨਾਂ ਹੈ ਕਿ ਜਿਹਨਾਂ ਬੱਚਿਆਂ ਨੇ, ਜਿਹਨਾਂ ਨੌਜਵਾਨਾਂ ਨੇ ਮਿਹਨਤ ਕੀਤੀ ਹੈ, ਵਧੀਆ ਪੜ੍ਹਾਈ ਕੀਤੀ ਹੈ, ਉਹਨਾਂ ਨੂੰ ਬਿਨਾਂ ਕਿਸੇ ਸਿਫਾਰਿਸ਼ ਤੋਂ, ਬਿਨਾਂ ਕਿਸੇ ਪੈਸਾ ਖਰਚਣ ਤੋਂ, ਬਿਨਾਂ ਕਿਸੇ ਦੇ ਕੋਲ ਜਾਣ ਤੋਂ ਉਹਨਾਂ ਦੀ ਕਾਬਲੀਅਤ ਦੇ ਤੌਰ 'ਤੇ ਉਹਨਾਂ ਸਾਰਿਆਂ ਨੇ ਜੋ ਹੈ ਨੌਕਰੀਆਂ ਪ੍ਰਾਪਤ ਕੀਤੀਆਂ ਨੇ।